ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੁਰਪ੍ਰੀਤ ਵੱਖ-ਵੱਖ ਕਿਸਮਾਂ ਦੀ ਕੀਤੀ ਹੋਈ ਬਜਾਈ ਆਪਾਂ ਦੇਖਦੇ ਹਾਂ ਤੇ ਆਹ ਹੈਗੀ ਹੈ ਜੀ ਆਪਣੀ ਸੁਪਰ ਸੀਡਰ ਦੀ ਬਜਾਈ ਪਰਾਲੀ ਇਹਦੇ ਵਿੱਚ ਹੈ ਸਾਰੀ ਕੋਈ ਇਹਨੂੰ ਅਗਰ ਨਹੀਂ ਲਾਈ ਗਈ ਕੋਈ ਬਾਹਵਾਹੀ ਨਹੀਂ ਕੀਤੀ ਗਈ ਸਿੱਧੀ ਸੁਪਰ ਸੀਡਰ ਨਾਲ ਬਜਾਈ ਕੀਤੀ ਹੈ ਗਿੱਲ ਇਹਦੇ ਵਿੱਚ ਥੋੜੀ ਜਿਆਦਾ ਸੀ ਤਾਂ ਕਰਕੇ ਗੁੱਲੀ ਡੰਡਾ ਵੀ ਕਿਤੇ ਕਿਤੇ ਦੇਖਣ ਨੂੰ ਇਹਦੇ ਵਿੱਚ ਮਿਲ ਰਿਹਾ ਹੈ ਪਰ ਉਹ ਕਣਕ ਸੋਣੀ ਨਿਕਲੀ ਹੈ ਗੁੱਲੀ ਡੰਡਾ ਇੰਕੇ ਤਿਗੇ ਤੇ ਨਿਕਲ ਰਿਹਾ ਤੇ ਆਹ ਸਾਰੀ ਪ੍ਰਾਲ ਇਹ ਵਿੱਚੇ ਦੱਬਿਆ ਆ ਵੀ ਗੁੱਲੀ ਡੰਡਾ ਤਾਂ ਇਸ ਤਰੀਕੇ ਨਾਲ ਇਹਦੇ ਵਿੱਚ ਗੁੱਲੀ ਡੰਡੇ ਦਾ ਉਗਰਾ ਵੀ ਹੋ ਗਿਆ ਕਾਰਨ ਕਿ ਇਹਦੇ ਚ ਥੋੜੀ ਗਿੱਲ ਜਿਆਦੇ ਧੀ ਤੇ ਪਰਕਣਕ ਬਹੁਤ ਸੋਹਣੀ ਉਗਰੀ ਹੈ ਗੁੱਲੀ ਡੰਡੇ ਦਾ ਤਾਂ ਹਾਲ ਆਪਾਂ ਕਰ ਲਾਂਗੇ ਕਿਉਂਕਿ ਪਿਛਲੇ ਸਾਲ ਆਪਣਾ ਬੜਾ ਵਧੀਆ ਤਜਰਬਾ ਰਿਹਾ ਹੈ ਐਟਰੀਬਿਊਸ਼ਨ ਤੇ ਕਲੋਰੀਨੋਫੋਪ ਦਾ ਜਿਹੜਾ ਆਪਾਂ ਕੰਬੀਨੇਸ਼ਨ ਬਣਾਇਆ ਸੀ। ਬੜਾ ਚੰਗਾ ਤਜਰਬਾ ਰਿਹਾ ਹੈ। ਉਹਨੂੰ ਮੁੜ ਕੇ ਫੇਰ ਇਹਦੇ ਵਿੱਚ ਦੁਹਰਾਵਾਂਗੇ। ਹੁਣ ਆਪਾਂ ਚੱਲਦੇ ਆਂ ਆਰਗੈਨਿਕ ਕਣਕ ਦੀ ਬਿਜਾਈ ਵੱਲ। ਉਹ ਦੇਖਦੇ ਆਂ। ਆ ਆ ਗਈ ਆਪਣੀ ਆਰਗੈਨਿਕ ਕਣਕ ਇਹ ਇਸ ਵਾਰ ਵੈੱਡਾਂ ਦੇ ਉੱਪਰ ਇਹਦੀ ਬਿਜਾਈ ਹੋਈ ਹੈ। ਜਿਵੇਂ ਕਹ ਲਓ ਵੀ ਊਲੀਆਂ ਕੱਢੀਆਂ ਨੇ। ਪਿਛਲੇ ਸਾਲ ਇਹ ਤਜਰਬਾ ਵਧੀਆ ਰਿਹਾ। ਘੱਟ ਰਕਬੇ ਦੇ ਵਿੱਚ ਇਹ ਕੀਤਾ ਸੀ ਊਲੀਆਂ ਵਾਲਾ। ਤੇ ਇਸ ਵਾਰ ਆਪਾਂ ਇਹ ਆ ਪੂਰੇ 2 ਏਕੜ ਰਕਬਾ ਇਹਦੇ ਵਿੱਚ ਊਲੀਆਂ ਕੱਢੀਆਂ ਨੇ ਜਾਂ ਖਾਲੀਆਂ ਪਾਈਆਂ ਨੇ ਆ ਬੈੱਡ ਬਣਾਏ ਗਏ ਨੇ ਜਿਹਦੇ ਉੱਪਰ ਕਣਕ ਬੀਜੀ ਗਈ ਆ ਆ ਕਣਕ ਵਧੀਆ ਹੋ ਗਈ ਇਹਦੇ ਵਿੱਚ ਆਪਾਂ ਪਾਉਂਦੇ ਕੁਛ ਨਹੀਂ ਆ ਪੰਜਵਾਂ ਸਾਲ ਹੋ ਗਿਆ ਹੈ ਤੇ ਸਿਰਫ ਤੇ ਸਿਰਫ ਆ ਜਿਹੜੀਆਂ ਜੈਵਿਕ ਖਾਦਾਂ ਨੇ ਉਹਨਾਂ ਦੀ ਵਰਤੋਂ ਕਰਦੇ ਆ। ਇਹਦੀ ਵਾਹੀ ਕਰਕੇ ਉੱਪਰ ਦੀ ਫਿਰ ਰੋਟਾਵੇਟਰ ਨਾਲ ਬਜਾਈ ਕੀਤੀ ਹੈ। ਤੇ ਇਸ ਤਰੀਕੇ ਦੀ ਇਹ ਆਪਾਂ ਨੂੰ ਦਿਖਾਈ ਦੇ ਰਹੀ ਹੈ। ਇਹਦੇ ਵਿੱਚ ਵੀ ਪਰਾਲੀ ਇਹਦੇ ਵਿੱਚ ਹੀ ਆ। ਔਰ ਸਾਇਣਿਕ ਖੇਤੀ ਦੇ ਵਿੱਚ ਵੀ ਜਿੱਥੇ ਗਿੱਲ ਜ਼ਿਆਦਾ ਹੈ ਉੱਥੇ ਵੀ ਇਹ ਤਜਰਬਾ ਕੀਤਾ ਹੋਇਆ ਹੈ। ਕਿਉਂਕਿ ਆਹਾ ਉਹ ਵਹਾਣਾ ਹੈ ਜਿੱਥੇ ਪਾਣੀ ਸੁੱਕਦਾ ਨਹੀਂ ਤੇ ਇਹ ਆਪਾਂ ਨੇ ਆ ਵਿਚਕਾਰ ਇੱਕ ਵੱਡਾ ਕਿਹਰਾ ਬਣਾ ਕੇ ਇਹਦੇ ਵਿੱਚ ਤਾਂ ਕਿ ਜਿਹੜਾ ਪਾਣੀ ਆਲੇ-ਦੁਆਲੇੋਂ ਜਦੋਂ ਜਾਂ ਜ਼ਿਆਦਾ ਲੱਗ ਜੇ ਜਾਂ ਨਾ ਸੁੱਕੇ ਤਾਂ ਜਿਹੜੀਆਂ ਖਾਲੀਆਂ ਨੇ ਖਾ ਜਾਣਗੀਆਂ ਪਾਣੀ ਕਿਉਂਕਿ ਇੱਕ ਤਾਂ ਖਾਲੀਆਂ ਰਹੀਆਂ ਆਪਾਂ ਨੇ ਇਹਨੂੰ ਪਾਣੀ ਦੇਣਾ ਦੂਸਰੇ ਨੰਬਰ ਦੇ ਉੱਪਰ ਕਿਉਂਕਿ ਇਹ ਪੂਰੀਆਂ ਡੂੰਘੀਆਂ ਕਰਕੇ ਖਾਲੀਆਂ ਪਾਈਆਂ ਹੋਈਆਂ ਨੇ ਜਿਹੜਾ ਆਪਾਂ ਇੱਕ ਹਲ ਮਾਰਦੇ ਆ ਸਬ ਸੋਇਲਰ ਜਿਹਨੂੰ ਆਪਾਂ ਕਹਿੰਦੇ ਆ ਸੱਬਲ ਹਲ ਵੀ ਕਹਿ ਦਿੰਦੇ ਆ ਜਿਹੜਾ ਆਪਾਂ ਉਹ ਮਾਰਦੇ ਆ ਉਹਦਾ ਕੰਮ ਵੀ ਇਹਨੇ ਦੇ ਦੇਣਾ ਕਿਉਂਕਿ ਜਿਹੜਾ ਕੱਦੂ ਨਾਲ ਬਣਿਆ ਹੋਇਆ ਕੜਾ ਸੀ ਉਹ ਟੁੱਟ ਗਿਆ ਆ ਹੁਣ ਆਪਣੀ ਆ ਗਈ ਰੋਟਾ ਵੇਟਰ ਵਾਲੀ ਤੇ ਇਹ ਵੀ ਕਣਕ ਨਿਕਲੇ ਇਹ ਕਿਸਮਾ 222 ਇਹਦੇ ਵਿੱਚ ਆਪਾਂ ਨੇ ਤਬੀਆਂ ਮਾਰ ਕੇ ਤੇ ਉਸ ਤੋਂ ਬਾਅਦ ਜਿਹੜਾ ਰੋਟਾ ਵੇਟਰ ਨਾਲ ਦੀ ਰੋਟੋ ਸੀਡਰ ਨਾਲ ਦੀ ਬਜਾਈ ਕੀਤੀ ਹੈ ਇਹ ਵੀ ਕਣਕ ਨਿਕਲੇ ਹੁਣ ਚਲਦੇ ਆਪਾਂ ਆਪਣੇ ਨਵੇਂ ਤਜਰਬੇ ਕੋਲ ਜਿਹੜਾ ਪਹਿਲੀ ਵਾਰ ਆਪਾਂ ਕੀਤਾ ਆਪਾਂ ਸਰਫੇਸ ਸੀਡਿੰਗ ਦੇ ਵਿੱਚ ਦਾਖਲ ਹੋ ਗਏ ਆ ਸਰਫੇਸ ਸੀਡਰ ਦੀ ਬਜਾਈ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਹੈ ਇਹ ਆ ਕਣਕੇ ਦੇ ਵਿੱਚੋਂ ਨਿਕਲੇ ਬਾਹਰ ਤੇ ਹਰੇ ਬਾਈ ਇਹ ਆ ਤਰੀਕੇ ਦੀ ਮਾਰਦੀ ਹੈ ਆ ਜਿਵੇਂ ਇੱਥੇ ਇਥੋਂ ਵੀ ਹੌਲੀ-ਹੌਲੀ ਇਹ ਇਸ ਪ੍ਰਾਲੀ ਵਿੱਚੋਂ ਆ ਦੇਖੋ ਆ ਹੌਲੀ-ਹੌਲੀ ਇਹ ਬਾਹਰ ਨਿਕਲੇਗੀ ਕਿਉਂਕਿ ਇਹ ਪ੍ਰਾਲੀ ਦੇ ਵਿੱਚ ਹਵਾ ਹੈਗੀ ਹੈ ਤੇ ਧੁੱਪ ਲੱਗਣ ਨੂੰ ਵੀ ਥਾਂ ਹੈਗਾ ਇਹ ਕੰਪੈਕਟ ਨਹੀਂ ਹੋਈ ਹੋਈ ਇੱਥੇ ਦੇਖੀ ਆਪਾਂ ਢੇਰੀ ਥੋੜੀ ਜਿਆਦਾ ਵੱਟੀ ਹੈ ਆ ਦੇਖੋ ਆ ਨਿਕਲ ਰਹੀ ਹੈ ਬਾਹਰ ਨੂੰ ਆ ਰਹੀ ਹੈ ਕਣਕ ਅੱਗੇ ਥੋੜਾ ਵਿਚ ਵਿਚ ਕਿਤੇ ਕਿਤੇ ਪੀਲੇ ਪਣ ਦੇ ਵਿਚ ਆ ਰਹੀ ਹੈ ਫਰੇ ਆ ਰਹੀ ਹੈ ਇਹ ਬਾਹਰ ਨਿਕਲੇ ਹੋਗੀ ਕਰੋ ਦੰਚੀ ਜੀ ਵੱਖ-ਵੱਖ ਕਿਸਮ ਦੀ ਬਜਾਈ ਜਿਹੜੀ ਆਪਾਂ ਆਪਣੇ ਖੇਤ ਦੇ ਵਿੱਚ ਕੀਤੀ ਹੈ ਇਹ ਵੀਡੀਓ 'ਚ ਬਣੇ ਰਹਿਣ ਲਈ ਬਹੁਤ-ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ